ਨਵੇਂ ਸਾਲ ਦੇ ਸੋਸ ਤੇ ਲੱਗਣ ਵਾਲੇ ਦੇ ਸਾਨੂੰ ਕੀ ਦੇਣਾ ਕਹੋ। ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਡਾਕਟਰ ਕੇਸ਼, ਗੁਰਮਤਿ ਸੰਚਾਰ ਚੈਰੀਟੇਬਲ ਡਿਸਪੈਂਸਰੀ ਟਿੱਬੜੀ ਰੋਡ, ਓਪੋਜਿਟ ਗੁਰਦੁਆਰਾ ਟਹਿਲ ਬਾਬਾ ਟਹਿਲ ਸਿੰਘ ਜੀ ਦੇ ਵਿੱਚ ਐਜ਼ ਏ ਮੈਡੀਕਲ ਅਫਸਰ ਕੰਮ ਕਰਦਾ। ਅਤੇ ਇਸ ਨਵੇਂ ਸਾਲ ਦੇ ਮੌਕੇ 'ਤੇ ਮੇਰੀ ਤਰਫੋਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ, ਔਰ ਇਹ ਆਸ ਕਰਦਾ ਕਿ ਸਮੁੱਚੇ ਰਾਸ਼ਟਰ ਨੂੰ ਦੌੜਾ ਇੱਕ ਖੁਸ਼ੀਆਂ ਪ੍ਰਾਪਤ ਕਰਨ। ਔਰ ਇਸ ਦੇ ਨਾਲ ਨਾਲ ਹੀ ਮੈਂ ਇਹ ਦੱਸਣਾ ਚਾਹਾਂ ਕਿ ਅਸੀਂ ਗੁਰਮਤਿ ਸੰਚਾਰ ਚੈਰੀਟੇਬਲ ਸੰਸਥਾ ਚਲਾ ਰਹੇ ਹਾਂ, ਜਿਸ ਵਿੱਚ ਸਾਡਾ ਮੇਨ ਮੰਤਵ ਇਹ ਹੈ ਕਿ ਅਸੀਂ ਗਰੀਬ ਆਦਮੀਆਂ ਨੂੰ, ਗਰੀਬ ਜਿਹੜੀ ਜਨਤਾ ਹੈ, ਉਹਦੀ ਵੱਧ ਤੋਂ ਵੱਧ ਸੇਵਾ ਕਰ ਸਕੀਏ। ਇਸ ਵਿੱਚ ਅਸੀਂ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਦੇ ਹਾਂ, ਔਰ ਬਹੁਤ ਹੀ ਘੱਟ ਰੇਟਾਂ 'ਤੇ, ਚੈਰੀਟੇਬਲ ਰੇਟਾਂ 'ਤੇ, ਅੱਧੇ ਰੇਟਾਂ 'ਤੇ ਦਵਾਈਆਂ ਮੁਹੱਈਆ ਕਰਾਉਂਦੇ ਹਾਂ, ਅੱਧੇ ਰੇਟਾਂ 'ਤੇ ਜੋ ਵੀ ਲੈਬੋਰਟਰੀ ਦੇ ਟੈਸਟ ਹੈ ਉਹ ਮੁਹੱਈਆ ਕਰਵਾਉਂਦੇ ਹਾਂ, ਔਰ ਅੱਧੇ ਰੇਟਾਂ 'ਤੇ ਐਕਸਰੇ, ECG ਜੋ ਵੀ ਲੋੜੀਂਦੀਆਂ ਸੁਵਿਧਾਵਾਂ ਦੀ ਅਸੀਂ ਸਾਰੀਆਂ ਉਪਲਬਧ ਕੀਤੀਆਂ ਹੋਈਆਂ ਇੱਥੇ। ਔਰ ਅਸੀਂ ਇਹ ਜਨਤਾ ਦੇ ਅੱਗੇ ਅਪੀਲ ਵੀ ਕਰਦੇ ਹਾਂ ਕਿ ਜੇ ਕੋਈ ਗਰੀਬ ਜਨਤਾ ਹੈਗੀ ਆ, ਗਰੀਬ ਸ਼ਖਸ ਹੈ, ਉੱਥੇ ਆ ਕੇ ਆਪਣੀ ਮੈਡੀਕਲ ਸਹੂਲਤ ਪ੍ਰਾਪਤ ਕਰ ਸਕਦਾ। ਇਸ ਤੋਂ ਹੋਰ ਇਸ ਦੇ ਨਾਲ ਹੀ ਮੈਂ ਇਹ ਸਮਾਪਤੀ ਕਰਨਾ ਚਾਹਾਂਗਾ। ਅੰਤ ਵਿੱਚ ਫਿਰ ਇੱਕ ਨਵੇਂ ਸਾਲ ਦੇ ਮੌਕੇ 'ਤੇ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਹਰ ਪਾਸੇ ਖੁਸ਼ੀ ਦਾ ਪਸਾਰਾ ਹੋਵੇ, ਹਰ ਪਾਸੇ ਖੁਸ਼ੀਆਂ ਦਾ ਮਾਹੌਲ ਬਣੇ। ਠੀਕ ਹੈ।